ਪ੍ਰਾਈਮ ਏਸ਼ੀਆ ਟੀ ਵੀ 'ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਚੱਜ ਦਾ ਵਿਚਾਰ, ਅਤੇ ਦੱਸ ਦਈਏ ਤੁਹਾਨੂੰ ਕਿ ਚੱਜ ਦਾ ਵਿਚਾਰ ਹੈ ਜੋ ਬੜਾ ਖਾਸ ਹੈ, ਬੜਾ ਚਾਹੀਦਾ ਹੈ, ਕਿਉਂਕਿ ਅੱਜ ਮੈਡਮ ਹਰਮਨ ਹੋਰਾਂ ਦਾ ਹੈਪੀ ਬਰਥਡੇ। ਕੀ ਹੈ, ਬਹੁਤ ਖਾਸ ਖਾਸ ਕਿਉਂ ਨਹੀਂ? ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਹਰਮਨ ਜੀ, ਹੈਪੀ ਬਰਥਡੇ ਟੂ ਯੂ। ਬਿਲਕੁਲ, ਅਸੀਂ ਉਸ ਤਰ੍ਹਾਂ ਦਾ ਟੈਡੀ ਬੀਅਰ, ਤੇ ਤੁਸੀਂ ਦੇਖੋ ਰੰਗ ਵੀ ਉਦਾਂ ਦੇ, ਮਤਲਬ ਸਾਰੇ ਅਸੀਂ ਬਣਾਏ ਆ। ਸੋ ਹਰਮਨ ਜੀ, ਤੁਸੀਂ ਹਜ਼ਾਰਾਂ ਸਾਲ ਇਸ ਤਰ੍ਹਾਂ ਲੋਕਾਂ ਦੇ ਸੁਪਨਿਆਂ 'ਚ ਵੀ ਹੀ ਕਰਦੇ ਰਹੋ, ਇਹ ਸਾਡੀਆਂ ਦੁਆਵਾਂ ਨੇ। ਛੁਰੀ ਆਉ ਪਈ ਆ, ਸੋ ਇਹਨਾਂ ਨੂੰ ਛੁਰੀ ਦਿੱਤੀ ਜਾਵੇ ਤਾਂ ਜੋ ਆਪਾਂ ਟੈਡੀ ਕੱਟ ਦਿੱਤਾ ਜਾਵੇ। ਹਾਂ, ਟੈਡੀ ਕੱਟੀਏ, ਮੈਂ ਵੀ ਉੱਠ ਪਵਾਂ। ਹਾਂਜੀ ਹਾਂਜੀ ਹਾਂਜੀ, ਚਲੋ ਚਲੋ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, Happy birthday dear Harman, happy birthday to you. ਲਓ ਜੀ, ਹਾਂਜੀ, ਸਭ ਤੋਂ ਪਹਿਲਾਂ ਗੁਰਜੀ, ਨਹੀਂ ਨਹੀਂ ਮੈਂ ਖੋਣਾ ਤੁਹਾਨੂੰ ਇਹ, ਮੇਰਾ ਤਾਂ ਆ ਟੈਡੀ ਚੱਕ ਲਓ ਸਰ, ਟੈਡੀ ਜੀ ਨੂੰ ਟੈਡੀ ਖਿਲਾਓ। ਹਰਮਨ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਅਸੀਂ ਤੁਹਾਡਾ ਮੂੰਹ ਨਹੀਂ ਲਵੇੜਾਂਗੇ। ਲਓ ਗੁਰਜੀ, ਹਾਂਜੀ, ਬਿਲਕੁਲ ਪਤਾ ਇਹਦੇ ਬਾਰੇ, ਇਹ ਸਾਰਾ ਕੁਛ ਬਣਾਉਣ ਤੋਂ ਪਹਿਲਾਂ ਇਹਨਾਂ ਨੂੰ ਚੰਗਾ ਅਸੀਂ ਖਜਾਇਆ ਵੀ, ਇਹਨਾਂ ਨੂੰ ਚੰਗਾ ਮਤਲਬ ਅਸੀਂ ਪੜ੍ਹਨੇ ਪਾਇਆ, ਮੈਨੂੰ ਰਵਾਇਆ ਵੀ। ਇਹ ਇਹ ਅੱਖਾਂ ਦਾ ਸੁਰਮਾ ਸੈਕਿੰਡ ਟਾਈਮ ਮਤਲਬ ਇਹਨਾਂ ਨੇ ਅੱਖਾਂ ਦੇ ਵਿੱਚ ਪਾਇਆ ਹੋਇਆ। ਓਕੇ, ਮੈਂ ਹੱਥ 'ਚ ਫੜਿਆ ਹੋਇਆ। ਥੈਂਕ ਯੂ ਸੋ ਮੱਚ, ਥੈਂਕ ਯੂ। ਸੋ ਮੈਂ ਦੱਸਦਾ ਜੀ ਕਿ ਇਸ ਬਰਥਡੇ ਦੇ ਵਿੱਚ ਹੋ ਸਕਦਾ ਤੁਸੀਂ ਥੋੜ੍ਹੇ ਜਿਹੇ ਬੰਦੇ ਸਾਡੇ ਦੇਖ ਰਹੇ ਹੋ, ਥੈਂਕ ਯੂ ਸੋ ਮੱਚ, ਕੁਸਮ, ਸੰਜੋਤ, ਆਪਣੇ ਗੁਰਮੀਤ ਜੀ, ਪਰ ਇਸ ਤੋਂ ਇਲਾਵਾ ਸਾਡੀ ਜਿਹੜੀ ਟੀਮ ਪਿੱਛੇ ਹੈ ਉਹਨੂੰ ਤਾਂ ਆਪਣਾ ਕੰਮ ਕਰਨਾ ਹੀ ਪੈਣਾ, ਰੀਜ਼ਨ ਵੀ ਕਿ ਇਹ ਸ਼ੋਅ ਤਾਂ ਫਿਰ ਔਨ ਏਅਰ ਜਾਣਾ ਲਾਈਵ। ਸੋ ਹਰਮਨ ਜੀ, ਸਾਡੇ ਵੱਲੋਂ ਬੈਸਟ ਵਿਸ਼ਸ ਤੁਹਾਡੇ ਇਸ ਖਾਸ ਦਿਨ ਦੇ ਉੱਪਰ। ਅਸੀਂ ਇਹ ਚਾਹੁੰਦੇ ਵੀ ਤੁਸੀਂ ਹੋਰ ਹੈਲਦੀ ਹੋਵੋ। ਹਾਂ, ਉਹ ਚੱਜ ਦੀ ਚੀਜ਼ ਮੰਗੇ, ਇਹ ਕੇਕ ਅੱਜ ਬਸ ਤੁਸੀਂ ਖਤਮ ਕਰਨਾ ਹੈ ਨਾ। ਸੋ ਮੈਂ ਨਾ ਕਿ ਆਪਾਂ, ਮੇਰਾ ਖਿਆਲ ਪ੍ਰੋਗਰਾਮ ਦਾ ਵੇਲਾ ਵੀ ਹੁਣ ਇੱਥੇ ਖਤਮ ਹੋ ਗਿਆ, ਸੋ ਆਪਾਂ ਹੁਣ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ, ਅਤੇ ਤੁਸੀਂ ਵੀ ਆਪਣੀ ਜਿਹੜੇ ਵਿਸ਼ਿਜ਼ ਨੇ ਉਹ ਸਾਡੇ ਇਸ ਵੀਡੀਓ ਦੇ ਥੱਲੇ ਕਮੈਂਟਸ ਦੇ ਰੂਪ ਦੇ ਵਿੱਚ ਕਰ ਦਿਓ, ਪਲੱਸ ਵਟਸਐਪ ਨੰਬਰ ਹੈ, ਤੁਸੀਂ ਜੇ ਰਹਿ ਜਾਓ ਤਾਂ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ, ਹਰਮਨ ਜੀ ਜ਼ਰੂਰ ਜਵਾਬ ਦੇਣਗੇ। ਹਾਂ, ਮੈਂ ਹੁਣ ਤੁਹਾਡੇ ਸਾਰਿਆਂ ਲਈ ਇੱਕ ਮੈਸੇਜ ਦੇ, ਹਾਂਜੀ ਹਾਂਜੀ ਜ਼ਰੂਰ ਜੀ, ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ, ਥੈਂਕ ਯੂ ਪ੍ਰਾਈਮ ਏਸ਼ੀਆ ਟੀਵੀ ਦਾ, ਥੈਂਕ ਯੂ ਸਾਰੀ ਟੀਮ ਦਾ ਜਿਨ੍ਹਾਂ ਨੇ ਮੇਰੇ ਬਰਥਡੇ ਨੂੰ ਇੰਨਾ ਜ਼ਿਆਦਾ ਸਪੈਸ਼ਲ ਬਣਾਇਆ, ਐਂਡ ਲਿਟਰਲੀ ਵਾਕਈ ਮੈਨੂੰ ਨਹੀਂ ਸੀ ਪਤਾ ਕਿ ਇਹ ਕੁਛ ਹੋਣ ਵਾਲਾ, ਐਂਡ ਮੈਂ ਸੱਚੀ ਰੋ ਕੇ ਹਟੀ ਸੀ, ਮਤਲਬ ਕਮ ਔਨ, ਮੇਰਾ ਬਰਥਡੇ ਆ ਤਾਂ ਕੋਈ ਮਨਾ ਵੀ ਨਹੀਂ ਰਿਹਾ ਹੈ ਨਾ, ਬਟ ਇਹ ਬਹੁਤ ਅੱਛਾ ਸਰਪ੍ਰਾਈਜ਼ ਸੀ, ਇਹਦੇ ਲਈ ਸਪੈਸ਼ਲ ਥੈਂਕਸ ਟੂ ਦੇਖ ਕੇ ਮੁਸਕਰਾ ਵੀ ਰਹੇ ਹੋਣ, ਦੇਖ ਰਹੇ ਕਿਹੜਾ ਸ਼ਾਟ ਲਗਾ, ਥੈਂਕ ਯੂ ਸੋ ਮਚ, ਐਂਡ ਸਭ ਤੋਂ ਜ਼ਿਆਦਾ ਵੱਡਾ ਥੈਂਕਸ ਅਮਨ ਭਾਜੀ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਕਿ ਅੱਜ ਮੈਂ ਤੁਹਾਡੇ ਨਾਲ ਆਪਣਾ ਬਰਥਡੇ ਸਪੈਸ਼ਲ ਦਿਨ ਸ਼ੇਅਰ ਕਰ ਪਾ ਰਹੀ ਹਾਂ। ਸੋ ਮਿਲਦੇ ਹਾਂ ਜੀ, ਸਤਿ ਸ਼੍ਰੀ ਅਕਾਲ, ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮੇਟਦੇ ਹਾਂ, ਬਾਏ ਬਾਏ।